ਦੋਸਤੋ ਜਿਵੇਂ ਤੁਸੀਂ ਜਾਣਦੇ ਹੀ ਹੋਗੇ ਕਿ ਕਰੋਨਾ ਨੇ ਜਿਹੜੀ ਹੈਗੀ ਹੈ ਕਿ ਸਾਰੀ ਦੁਨੀਆ ਦੇ ਵਿੱਚ ਜਿਹੜੀ ਹੈ ਤਰਾਤਰਾ ਜਿਹੜੀ ਹੈ ਮਚਾਈ ਹੋਈ ਹੈਗੀ ਆ ਖਾਸ ਕਰਕੇ ਜਿਹੜਾ ਹੈਗਾ ਆਪਾਂ ਇੰਡੀਆ ਦੇ ਵਿੱਚ ਦੇਖੀਏ ਤੇ ਬਹੁਤ ਸਾਰੇ ਲੋਕ ਜਿਹੜੇ ਹਨ ਕਰੋਨਾ ਦੀ ਬਿਮਾਰੀ ਤੋਂ ਪੀੜਤ ਹੋ ਰਹੇ ਨੇ ਔਰ ਇਹ ਗਿਣਤੀ ਜਿਹੜੀ ਹੈਗੀ ਹੈ ਲਗਾਤਾਰ ਜਿਹੜੀ ਵਧਦੀ ਜਾ ਰਹੀ ਹੈਗੀ ਆ ਗਿਣਤੀ ਵਧਣ ਦੇ ਨਾਲ ਨਾਲ ਜਿਹੜਾ ਹੈਗਾ ਕਿ ਆ ਲੋਕਾਂ ਨੂੰ ਸਿਹਤ ਸਹੂਲਤਾਂ ਜਿਹੜੀਆਂ ਹਨ ਉਹ ਨਹੀਂ ਮਿਲ ਰਹੀਆਂ ਤੇ ਇਹਦੇ ਕਈ ਕਾਰਨ ਹਾਕਏ ਨੇ ਆਪਾਂ ਨੂੰ ਇਹ ਮੌਕਾ ਹੈਗਾ ਕਿ ਅਸੀਂ ਇਹਨਾਂ ਕਾਰਨਾਂ ਦੇ ਉੱਤੇ ਵੀ ਥੋੜੀ ਜਿਹੀ ਜਿਹੀ ਹੈਗਾ ਵਿਚਾਰ ਜ਼ਰੂਰ ਕਰੀਏ ਦੇਖੋ ਪਹਿਲਾ ਕਾਰਨ ਤੇ ਇਹ ਹੈਗਾ ਕਿ ਸਾਡਾ ਜਿਹੜਾ ਸਿਹਤ ਸਿਸਟਮ ਸੀ ਸਿਹਤ ਵਿਭਾਗ ਸੀ ਇੰਡੀਆ ਦੇ ਵਿੱਚ ਉਹ ਡਿਵੈਲਪ ਨਹੀਂ ਹੋਇਆ ਔਰ ਸੇਮ ਚੀਜ਼ ਜਿਹੜੀ ਹੈਗੀ ਆ ਅਮਰੀਕਾ ਦੇ ਵਿੱਚ ਵੇਖਣ ਨੂੰ ਮਿਲੀ ਸੀ ਜਦੋਂ ਸ਼ੁਰੂ-ਸ਼ੁਰੂ ਦੇ ਵਿੱਚ ਪਿਛਲੇ ਸਾਲ ਕੋਰੋਨਾ ਨੇ ਜਦੋਂ ਅਮਰੀਕਾ ਦੇ ਵਿੱਚ ਆਪਣਾ ਅਸਰ ਦਿਖਾਉਣਾ ਸ਼ੁਰੂ ਕੀਤਾ ਤਾਂ ਉਹਦਾ ਸਿਸਟਮ ਹੀ ਜਿਹੜਾ ਸੀ ਹੈਲਥ ਸਿਸਟਮ ਸੀ ਟੋਟਲੀ ਜਿਹੜਾ ਹੈਗਾ ਉਹ ਡਗਮਗਾ ਗਿਆ ਸੀ ਕਿਉਂਕਿ ਉੱਥੇ ਵੀ ਜਿਹੜਾ ਹੈਗਾ ਕਿ ਜ਼ਿਆਦਾ ਕਰਕੇ ਪ੍ਰਾਈਵੇਟ ਸਿਸਟਮ ਜਿਹੜਾ ਹੈਗਾ ਵੀ ਡਿਵੈਲਪ ਸੀ ਸਰਕਾਰੀ ਹਸਪਤਾਲ ਜਾਂ ਸਿਹਤ ਸਹੂਲਤਾਂ ਇੰਨੀਆਂ ਜ਼ਿਆਦੀਆਂ ਵਧੀਆ ਨਹੀਂ ਸੀ ਜਿੰਨੀਆਂ ਵਧੀਆ ਜੜੀਆਂ ਹੈਗੀਆਂ ਕੈਨੇਡਾ ਦੇ ਵਿੱਚ ਸੀ ਇਸ ਕਰਕੇ ਲੋਕ ਜਿਹੜੇ ਸੀ ਘਰਾਂ ਦੇ ਵਿੱਚ ਮਰ ਰਹੇ ਸੀ ਜਾਂ ਲੇਟ ਉੱਥੇ ਹਸਪਤਾਲਾਂ ਦੇ ਵਿੱਚ ਪਹੁੰਚ ਰਹੇ ਸੀ ਜਿਹੜੇ ਪਹੁੰਚ ਵੀ ਰਹੇ ਸੀ ਤੇ ਉਹ ਇੰਨੀਆਂ ਸਹੂਲਤਾਂ ਵੀ ਨਹੀਂ ਸਨ ਕਿਉਂਕਿ ਕਿਸੇ ਨੇ ਉਧਰ ਖਿਆਲ ਹੀ ਨਹੀਂ ਕੀਤਾ ਗਵਰਨਮੈਂਟ ਨੇ ਸੋਚਿਆ ਕਿ ਲੋਕੀ ਜਿਹੜੇ ਨੇ ਆਪਣੀ ਸਿਹਤ ਦਾ ਆਪੇ ਖਿਆਲ ਰੱਖਣ ਔਰ ਉਹਨੇ ਪ੍ਰਾਈਵੇਟ ਨੂੰ ਪ੍ਰਮੋਟ ਕੀਤਾ ਤੇ ਸੇਮ ਹੀ ਚੀਜ਼ ਜਿਹੜੀ ਹੈਗੀ ਉਹ ਇੰਡੀਆ ਦੇ ਵਿੱਚ ਹੋਈ ਆਪਾਂ ਨੂੰ 5 ਸਟਾਰ ਹੋਟਲਾਂ ਵਰਗੇ ਜਿਹੜੇ ਹਸਪਤਾਲ ਜਿਹੜੇ ਮਿਲ ਜਾਂਦੇ ਨੇ ਇੰਡੀਆ ਦੇ ਵਿੱਚ ਪਰ ਉਹ ਜਿਹੜੀਆਂ ਆਮ ਰੂਟੀਨ ਦੇ ਵਿੱਚ ਬਿਮਾਰੀਆਂ ਆਉਂਦੀ ਸੀ ਉਹਨਾਂ ਨੂੰ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਕਿ ਵਧੀਆ ਸਹੂਲਤਾਂ ਦੇ ਕੇ ਤੇ ਵਧੀਆ ਪੈਸੇ ਚਾਰਜ ਕਰਕੇ ਅਮੀਰਾਂ ਦੇ ਵਾਸਤੇ ਉਹ ਹਸਪਤਾਲ ਬਣੇ ਸੀ ਤੇ ਉਹ ਇੰਜੋਏ ਕਰ ਰਹੇ ਸੀ ਲੋਕੀ ਪਰ ਆਮ ਜਨਤਾ ਜਿਹੜੀ ਸੀ ਜਿਹੜੀ ਕਿ ਕੈਲੋਗ 90 95% ਜਨਤਾ ਸੀ ਉਹਨਾਂ ਹਸਪਤਾਲਾਂ ਤੱਕ ਉਹਨਾਂ ਦੀ ਪਹੁੰਚ ਨਹੀਂ ਸੀ ਨਾਈਓ ਹਸਪੀਟਲ ਜਿਹੜੇ ਹੈਗੇ ਨੇ ਕਿ ਇਸ ਤਰ੍ਹਾਂ ਦੀ ਜਿਹੜੀ ਹੈਗੀ ਤਰਾਸਦੀ ਦੇ ਵਾਸਤੇ ਤਿਆਰ ਸਨ ਕਿਉਂਕਿ ਇਹੋ ਜੇ ਕੰਮ ਜਿਹੜੇ ਹੁੰਦੇ ਨੇ ਤਸ ਤਰਾਸਤੀਆਂ ਦੇ ਵਾਸਤੇ ਕੁਦਰਤੀ ਤਰਾਸਤੀਆਂ ਵਾਲੇ ਜਿਹੜੇ ਕੰਮ ਹੈਗੇ ਨੇ ਇਹ ਗਵਰਨਮੈਂਟ ਹੀ ਜਿਹੜੀ ਆਪਣੇ ਰਿਸੋਰਸਸ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਉਹਨਾਂ ਨੇ ਤਿਆਰ ਕਰਨਾ ਹੁੰਦਾ ਉਹਦੇ ਵਾਸਤੇ ਤਿਆਰ ਰਹਿਣਾ ਹੁੰਦਾ ਹੈਗਾ ਪਰ ਗਵਰਨਮੈਂਟ ਨੇ ਬਿਲਕੁਲ ਜਿਹੜਾ ਹੈਗਾ ਕਿ ਖਾਸ ਕਰਕੇ ਜੇ ਅਪ ਇੰਡੀਅਨ ਗਵਰਨਮੈਂਟ ਦੀ ਗੱਲ ਕਰੀਏ ਨਹੀਂ ਕਿ ਹੁਣ ਮੌਜੂਦਾ ਗਵਰਨਮੈਂਟ ਨੇ ਸ਼ੁਰੂ ਤੋਂ ਉਹਨਾਂ ਦਾ ਜਿਹੜਾ ਇਹ ਰਿਹਾ ਹੈਗਾ ਕਿ ਜਿਵੇਂ ਸਕੂਲ ਕਾਲਜ ਵੀ ਉਹਨਾਂ ਨੇ ਪ੍ਰਾਈਵੇਟ ਕਰ ਦਿੱਤੇ ਯੂਨੀਵਰਸਿਟੀਆਂ ਤੱਕ ਉਹਨਾਂ ਨੇ ਪ੍ਰਾਈਵੇਟ ਬਣਾ ਦਿੱਤੀਆਂ ਸੇਮ ਹੀ ਚੀਜ਼ ਜਿਹੜੇ ਹੈਗੇ ਸੀ ਹਸਪੀਟਲ ਜਿਹੜੇ ਹੈਗੇ ਸੀ ਉਹ ਪ੍ਰਾਈਵੇਟ ਇਹਨਾਂ ਜ਼ਿਆਦਾ ਹੋ ਗਏ ਕਿ ਸਰਕਾਰੀਆਂ ਨੂੰ ਬਿਲਕੁਲ ਜਿਹੜਾ ਹੈਗਾ ਪੁੱਛਣਾ ਉਹਨਾਂ ਨੇ ਬੰਦ ਕਰ ਦਿੱਤਾ ਕਿਉਂਕਿ سرمایہਦਾਰ ਲੋਕ ਹੀ ਜਿਹੜੇ ਨੇ ਉਹ ਪ੍ਰਾਈਵੇਟ ਹਸਪੀਟਲ ਬਣਾਉਂਦੇ ਨੇ ਤੇ ਉਹ ਨਹੀਂ ਚਾਹੁੰਦੇ ਹੈਗੇ ਕਿ ਜਿਹੜੀ ਸਰਕਾਰੀ ਵਿਵਸਥਾ ਹੈਗੀ ਆ ਉਹ ਇਨਟੈਕਟ ਰਹੇ ਉਹ ਉਹਨੂੰ ਬਰਬਾਦ ਕਰਨ ਦੇ ਵਿੱਚ ਜਿਹੜਾ ਹੈਗਾ ਉਹ سرمایہਦਾਰਾਂ ਦਾ ਵੀ ਜਿਹੜਾ ਰੋਲ ਹੁੰਦਾ ਹੈਗਾ ਤੇ ਉਹ ਆਮ ਜਨਤਾ ਜਿਹੜੀ ਹੈਗੀ ਆ ਉਹ ਹੁਣ ਉਹਨਾਂ ਨੂੰ ਸਿਹਤ ਸਹੂਲਤਾਂ ਦੀ ਲੋੜ ਹੈਗੀਆਂ ਜਿਹੜੀਆਂ ਨਹੀਂ ਮਿਲ ਰਹੀਆਂ ਹਾਲੇ ਕਿ ਰੂਟੀਨ ਦੇ ਵਿੱਚ ਵੀ ਲੋਕ ਜਿਹੜੇ ਹਨ ਉੱਥੇ ਸਰਕਾਰੀ ਹਸਪਤਾਲਾਂ ਦੇ ਵਿੱਚ ਨਹੀਂ ਸੀ ਜਾਂਦੇ ਹੁਣ ਤੇ ਤਰਸ ਦੀ ਇੱਕ ਹੈਗੀ ਆ ਮਹਾਮਾਰੀ ਜਿਹੜੀ ਹੈਗੀ ਹੈ ਫੈਲੀ ਹੋਈ ਹੈ ਕਿ ਆ ਤਾਂ ਹੁਣ ਤੇ ਬਿਲਕੁਲ ਵੀ ਉਹ ਹਸਪਤਾਲ ਵੀ ਜਿਹੜੇ ਤਿਆਰ ਨਹੀਂ ਹੈਗੇ ਇਸ ਤਰ੍ਹਾਂ ਦੇ ਕੇਸ ਔਰ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਲੈਣ ਵਾਸਤੇ ਸੋ ਦੈਟ ਮੀਨਸ ਕਿ ਇੱਕ ਉੱਥੇ ਮਾਹੌਲ ਇਹੋ ਜਿਹਾ ਸਿਸਟਮ ਇਹੋ ਜਿਹਾ ਬਣਾਇਆ ਗਿਆ ਕਿ ਜਿਹੜੇ ਜ਼ਰੂਰੀ ਚੀਜ਼ਾਂ ਸੀ ਜਿਹੜੀਆਂ ਸਿਹਤ ਸਹੂਲਤਾਂ ਸੀ ਉਹਨਾਂ ਦੇ ਵਾਸਤੇ ਕੋਈ ਵੀ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਤਿਆਰ ਨਹੀਂ ਕਰ ਪਾਏ ਕਿਉਂਕਿ ਆਪਾਂ ਉੱਤਰ ਧਿਆਨ ਹੀ ਨਹੀਂ ਕੀਤਾ ਦੁਨੀਆ ਨੂੰ ਜਿਹੜਾ ਹੈਗਾ ਆਮ ਜਨਤਾ ਨੂੰ ਜਿਹੜਾ ਹੈਗਾ ਰਾਬਾਸਰੇ ਅਸੀਂ ਛੱਡ ਦਿੱਤਾ ਸੀ ਤੇ ਇੱਕ ਤੇ ਕਾਰਨ ਇਹ ਨਜ਼ਰ ਆ ਰਿਹਾ ਹੈਗਾ ਕਿ ਸਿਹਤ ਸਹੂਲਤਾਂ ਡਿਵੈਲਪ ਹੀ ਨਹੀਂ ਹੋਈਆਂ ਜਿਹੜੇ ਪ੍ਰਾਈਵੇਟ ਹਸਪੀਟਲ ਵਾਲੇ ਐਡੇ ਵੱਡੇ 5 ਸਟਾਰ ਹੋਟਲ ਵਰਕੇ ਜਿਹੜੇ ਹਸਪੀਟਲ ਸੀ ਉਹ ਵੀ ਜਿਹੜੇ ਹੱਥ ਖੜੇ ਕਰਕੇ ਕਿਉਂਕਿ ਉਹ ਵੀ ਇੰਨੀਆਂ ਚੀਜ਼ਾਂ ਦੇ ਵਾਸਤੇ ਤਿਆਰ ਨਹੀਂ ਸਨ ਦੂਜਾ ਜਿਹੜਾ ਇਹਦਾ ਵੱਡਾ ਕਾਰਨ ਨਜ਼ਰ ਆ ਰਿਹਾ ਉਹ ਹੈਗਾ ਕਿ ਡਰ ਲੋਕਾਂ ਦੇ ਮਨ ਦੇ ਵਿੱਚ ਡਰ ਬਹੁਤ ਬੈਠਿਆ ਹੋਇਆ ਹੈ ਡਰ ਕਰਕੇ ਜਿਹੜਾ ਜਿਵੇਂ ਮੜਾ ਜੀ ਵੀ ਕਿਸੇ ਨੂੰ ਕੋਈ ਖਾਂਸੀ ਜਾਂ ਕਾਮ ਜਾਂ ਸਾਹ ਅੱਖਾਂ ਹੁੰਦਾ ਪਹਿਲਾਂ ਵੀ ਲੋਕਾਂ ਨੂੰ ਸਾਹ ਅੱਖਾਂ ਹੁੰਦਾ ਸੀ ਪਰ ਹੁਣ ਉਹ ਇੱਕ ਡਰ ਪੈ ਗਿਆ ਕਿ ਮੈਨੂੰ ਸ਼ਾਇਦ ਕਰੋਨਾ ਹੋ ਗਿਆ ਤੇ ਮੈਂ ਸ਼ਾਇਦ ਮਰ ਜਾਣਾ ਹੈਗਾ ਹਾਲਾਂਕਿ ਮਰਨ ਦੀ ਗਿਣਤੀ ਜਿਹੜੀ ਹੈਗੀ ਹੈ ਬਹੁਤ ਘੱਟ ਹੈਗੀ ਹੈ ਪਰਸੈਂਟੇਜ ਵਾਈਜ਼ ਜੇ ਆਪਾਂ ਲਈਏ ਗਿਣਤੀ ਤਾਂ ਜ਼ਰੂਰ ਜ਼ਿਆਦਾ ਹੈ ਪਰ ਪਰਸੈਂਟੇਜ ਵਾਈਜ਼ ਜਿਹੜੀ ਹੈਗੀ ਹੈ ਜਦ ਤੱਕ ਕਿ ਹੋਰ ਬਿਮਾਰੀਆਂ ਦੇ ਨਾਲ ਵੀ ਲੋਕ ਬਹੁਤ ਮਰਦੇ ਨੇ ਪਰ ਇਹ ਕਰੋਨਾ ਨੇ ਕਿਉਂਕਿ ਖਬਰਾਂ ਇੰਨੀਆਂ ਸਾਲ 1.5 ਸਾਲ ਹੋ ਗਿਆ ਸੁਣ-ਸੁਣ ਕੇ ਲੋਕੀ ਜਿਹੜੇ ਹੈਗੇ ਨੇ ਉਹ ਕਾਹਨ ਮਤਲਬ ਸਾਡੇ ਜਿਹੜੇ ਛਾਂ ਛਾਂ ਕਰਨ ਲੱਗ ਪਏ ਹੈਗੇ ਨੇ ਕਿ ਕਰੋਨਾ 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 ਬਸ ਇਹੀ ਸਾਡੇ ਦਿਮਾਗ ਦੇ ਵਿੱਚ ਗੱਲ ਬੈਠੀ ਹੈਗੀ ਆ ਉਹ ਡਰ ਜਿਹੜਾ ਹੈਗਾ ਉਸ ਨੇ ਜਿਹੜਾ ਹੈਗਾ ਕਿ ਇਹਦੇ ਤੇ ਬਹੁਤ ਵੱਡਾ ਅਸਰ ਪਾਇਆ ਹੈਗਾ ਤੇ ਉਹ ਲੋਕਾਂ ਨੂੰ ਚਾਹੀਦਾ ਹੈਗਾ ਕਿ ਥੋੜਾ ਸ਼ਾਂਤੀ ਰੱਖਣ ਥੋੜੇ ਜਿਵੇਂ ਕਿ ਆਖਿਆ ਪਈ ਆਪਣੇ ਲੰਬੇ ਲੰਬੇ ਸਾਹ ਲੈਣ ਰੂਟੀਨ ਦੇ ਵਿੱਚ ਸਾਹ ਲੈਣ ਯਾਨੀ ਕਿ ਹੁਣ ਮੁਸੀਬਤ ਆਈ ਤੇ ਹੁਣ ਆਪਾਂ ਸਾਹ ਲਵਾਂਗੇ ਤੇ ਬਚ ਜਾਵਾਂਗੇ ਪਰ ਕੂਲ ਮਾਈਂਡ ਰਹਿਣਾ ਬਹੁਤ ਜ਼ਰੂਰੀ ਹੈਗਾ ਠੰਡੇ ਦਿਮਾਗ ਦੇ ਵਿੱਚ ਰਹਿਣਾ ਜਿਹੜਾ ਹੈਗਾ ਕਿ ਬਹੁਤ ਜ਼ਰੂਰੀ ਹੈਗਾ ਔਰ ਤੀਸਰਾ ਜਿਹੜਾ ਸਭ ਤੋਂ ਵੱਡਾ ਕਾਰਨ ਸਾਨੂੰ ਨਜ਼ਰ ਆ ਰਿਹਾ ਹੈਗਾ ਉਹ ਹੈਗਾ ਕਿ ਅਸੀਂ ਆਪਣੇ ਵਾਤਾਵਰਣ ਨੂੰ ਆਪ ਹੀ ਖਰਾਬ ਕੀਤਾ ਹੈਗਾ ਅਸੀਂ ਉਹਦੀ ਕੋਈ ਦੇਖਪਾਲ ਕੀਤੀ ਨਹੀਂ ਹੈਗੀ ਦੇਖਪਾਲ ਕੀ ਕਰਨੀ ਕਿ ਅਸੀਂ ਪੂਰੀ ਮਤਲਬ ਬਰਬਾਦੀ ਕਰਨ ਦੇ ਵਿੱਚ ਅਸੀਂ ਯੋਗਦਾਨ ਪਾਏ ਹੈਗੇ ਨੇ ਆਮ ਜਿਹੜੇ ਇੰਡੀਆ ਦੇ ਵਿੱਚ ਰਹਿੰਦੇ ਹੈਗੇ ਨੇ ਅਸੀਂ ਵੀ ਦੇਖਿਆ ਹੈਗਾ ਕਿ ਸੜਕਾਂ ਦੇ ਦੋਨੋਂ ਕਿਨਾਰੇ 'ਤੇ ਵੀ ਵੱਡੇ ਵੱਡੇ ਸਫੈਤਿਆਂ ਦੇ ਦਰਖਤ ਜਾਂ ਹੋਰ ਦਰਖਤ ਲੱਗੇ ਹੁੰਦੇ ਸੀ ਠੀਕ ਹੈ ਜਿਉਂ ਦੀਆਂ ਸੜਕਾਂ ਚੌੜੀਆਂ ਹੋਈਆਂ ਨੇ ਉਹ ਸਾਰੇ ਦਰਖਤ ਵੜ ਦਿੱਤੇ ਹੈਗੇ ਨੇ ਔਰ ਉਹਨਾਂ ਦੀ ਜਗ੍ਹਾ ਤੇ ਕੋਈ ਵੀ ਦਰਖਤ ਨਹੀਂ ਲਗਾਏ ਗਏ ਉਹ ਜਿਹੜੇ ਲੱਖਾਂ ਕਰੋੜਾਂ ਦਾ ਦਰਖਤ ਜਿਹੜੇ ਵੜ ਦਿੱਤੇ ਸੀ ਇੱਕ ਤਾਂ ਉਹਦਾ سرمਾਇਆ ਕਿੱਥੇ ਗਿਆ ਕਿਸੇ ਨੂੰ ਨਹੀਂ ਪਤਾ ਹੈਗਾ ਕਿਉਂਕਿ ਜਿਹੜੇ ਰੋਡਸ ਸੀ ਉਹ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤੇ ਹੈਗੇ ਨੇ ਉਹਦੇ ਉੱਤੇ ਟੋਲ ਪਲਾਜ਼ੇ ਲਗਾਤੇ ਹੈਗੇ ਨੇ ਪਰ ਉਹ ਜਿਹੜੀ ਲੱਕੜ ਵੱਡੀ ਸੀ ਉਹਦੇ ਪੈਸੇ ਕਿੱਥੇ ਗਏ ਉਹਦੇ ਨਾਲ ਰੀਪਲਾਂਟੇਸ਼ਨ ਕਰਨੀ ਸੀ ਦੁਬਾਰਾ ਬੂਟੇ ਲਗਾਣੇ ਸੀ ਉਹ ਕਿਉਂ ਨਹੀਂ ਲਗਾਏ ਹੈਗੇ ਠੀਕ ਹੈ ਉਹ ਆਪਾਂ ਆਪ ਹੀ ਨਹੀਂ ਦੇਖਿਆ ਨਹੀਂ ਹੈਗਾ ਨਾ ਸਰਕਾਰਾਂ ਨੇ ਦੇਖਿਆ ਨਾ ਲੋਕਾਂ ਨੇ ਜਿਹੜਾ ਹੈਗਾ ਕਿ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਸਾਨੂੰ ਉਹਨਾਂ ਨੇ ਵੀ ਇਸ ਪਾਸੇ ਵੱਲ ਜਿਹੜਾ ਖਿਆਲ ਨਹੀਂ ਕੀਤਾ ਹੈਗਾ ਇਵੇਂ ਕਿ ਜੇ ਮੈਂ ਧਾਰਮਿਕ ਸਥਾਨਾਂ ਦੀ ਵੀ ਗੱਲ ਕਰੀਏ ਤੇ ਆਪਾਂ ਨੂੰ ਨਵੇਂ ਤੋਂ ਨਵੇਂ ਜਿਹੜੇ ਹੈਗੇ ਨੇ ਧਾਰਮਿਕ ਸਥਾਨ ਵੱਡੇ ਤੋਂ ਵੱਡੇ ਜਿਹੜੇ ਹੈਗੇ ਨਜ਼ਰ ਆਣੇ ਸ਼ੁਰੂ ਹੋ ਗਏ ਪਿਛਲੇ ਕੁਝ ਕਸਾਲਾਂ ਦੇ ਵਿੱਚ ਪਰ ਜੇ ਆਪਾਂ ਦੂਜੇ ਪਾਸੇ ਵੇਖੀਏ ਕਿ ਹਸਪਤਾਲ ਜਿਹੜੇ ਸੀ ਸਰਕਾਰੀ ਜਾਂ ਜਿਹੜੇ ਹੈਗੇ ਨੇ ਕਿ ਐਨ ਜੀਓ ਜਿਨ੍ਹਾਂ ਨੇ ਬਣਾਣੇ ਸੀ ਵੀ ਨਾਨ ਪ੍ਰੋਫਿਟ ਜਿਹੜੇ ਹਸਪਤਾਲ ਬਣਨੇ ਸੀ ਉਹ ਉਹ ਵੀ ਸਾਨੂੰ ਜਿਹੜੇ ਹੈਗੇ ਨੇ ਵੀ ਬਹੁਤ ਵਧੀਆ ਹਸਪਤਾਲ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਨਜ਼ਰ ਨਹੀਂ ਆਏ ਉਹ दैट ਮੀਨਸ ਕਿ ਲੋਕਾਂ ਦਾ ਸਰਮਾਇਆ ਤੇ ਉੱਥੇ ਲੱਗਿਆ ਹੈਗਾ ਪਰ ਹੋਰ ਨਾ ਹੋਰ ਨਾ ਪਾਸਿਆਂ ਦੇ ਉੱਤੇ ਜਿਹੜਾ ਲੱਗ ਗਿਆ ਤੇ ਅਸੀਂ ਆਮ ਜਨ ਸਭਾ ਜਿਹੜੇ ਲੋਕ ਸੀ ਅਸੀਂ ਉਹਨਾਂ ਬਾਬਿਆਂ ਦੇ ਉਹਨਾਂ ਸਰਕਾਰਾਂ ਦੇ ਉਹਨਾਂ ਲੀਡਰਾਂ ਦੇ ਚੁੰਗਲ ਦੇ ਵਿੱਚ ਐਸੇ ਫਸੇ ਕਿ ਸਾਨੂੰ ਕੱਖ ਸਮਝ ਨਹੀਂ ਆਉਂਦਾ ਹੈਗਾ ਅਸੀਂ ਆਟਾ ਦਾਲ ਲੈ ਕੇ ਹੀ ਜਿਹੜਾ ਹੈਗਾ ਵੀ ਖੁਸ਼ ਹੋ ਜਾਂਦੇ ਆ ਵੀ ਮੈਨੂੰ ਆਟਾ ਮਿਲਿਆ ਉਹ ਦੇਖੋ ਇੱਕ ਆਟਾ ਜਾਂ ਦਾਲ ਲੈਣੀ ਇੱਕ ਮਤਲਬ ਭਿਖਾਰੀ ਵਾਲਾ ਜਿਹੜਾ ਹੈਗਾ ਕੰਮ ਹੁੰਦਾ ਕਿ ਕਿਉਂ ਨਹੀਂ ਤੁਹਾਨੂੰ ਉਸ ਯੋਗ ਬਣਾਇਆ ਜਾਂਦਾ ਹੈਗਾ ਕਿ ਤੁਸੀਂ ਆਪ ਜਿਹੜਾ ਹੈਗਾ ਕਿ ਆਪਣੀ ਕਮਾਈ ਕਰ ਸਕੋ ਆਪਣੇ ਪਰਿਵਾਰ ਨੂੰ ਆਪਣੇ ਆਪ ਨੂੰ ਤੁਸੀਂ ਦੋ ਟਾਈਮ ਦੀ ਰੋਟੀ ਜੋ ਕਮਾਨ ਜੋ ਕੇ ਵੀ ਜਿਹੜਾ ਹੈਗਾ ਕਾਬਲ ਨਹੀਂ ਕਰ ਸਕਦੇ ਕਿਉਂ ਨਹੀਂ ਕਰਦੇ ਕਿਉਂਕਿ ਅਸੀਂ ਸੋਚਦੇ ਹਾਂ ਜਿਹੜਾ ਬੰਦਾ ਆਪ ਕਰ ਵੀ ਸਕਦਾ ਉਹ ਵੀ ਕਹਿੰਦਾ ਮੈਨੂੰ ਕਰਨ ਦੀ ਲੋੜ ਨਹੀਂ ਮੈਨੂੰ ਤਾਂ ਪੀਲਾ ਕਾਰਡ ਮਿਲ ਜਾ ਤੇ ਦਾਲ ਰੋਟੀ ਮੈਨੂੰ ਘਰ ਮਿਲ ਜਾ ਤੇ ਮੈਨੂੰ ਤਾਂ ਕੁਝ ਕਰਨ ਦੀ ਲੋੜ ਨਹੀਂ ਹੈਗੀ ਜਦ ਕਿ ਇਹੋ ਹੀ ਬਰਬਾਦੀ ਦਾ ਜਿਹੜਾ ਕਾਰਨ ਹੁੰਦਾ ਔਰ ਸਰਕਾਰਾਂ ਚਾਹਦੀਆਂ ਹੈਗੀਆਂ ਕਿ ਤੁਸੀਂ ਉਹਨਾਂ ਤੇ ਡਿਪੈਂਡਰ ਰਹੋ ਤੇ ਉਹਨਾਂ ਦੇ ਅਗੇਂਸਟ ਨਾ ਬੋਲੋ ਕਿਉਂਕਿ ਜੇ ਤੁਸੀਂ ਉਹਨਾਂ ਤੇ ਡਿਪੈਂਡਡ ਰਹੋਗੇ ਗਵਰਨਮੈਂਟ ਦੇ ਉੱਤੇ ਲੀਡਰਾਂ ਦੇ ਉੱਤੇ ਪੋਲਿਟਿਸ਼ੀਅਨਸ ਦੇ ਉੱਤੇ ਤਾਂ ਤੁਸੀਂ ਬੋਲਣ ਜੋਗੇ ਵੀ ਨਹੀਂ ਰਹੋਗੇ ਤੇ ਇਸ ਇਸੇ ਚੀਜ਼ ਦਾ ਜਿਹੜਾ ਹੈਗਾ ਪੋਲਿਟਿਸ਼ੀਅਨ ਫਾਇਦਾ ਉਠਾਉਂਦੇ ਨੇ ਔਰ ਇਹੋ ਜੀਆਂ ਸਕੀਮਾਂ ਦਾ ਐਲਾਨ ਕਰਦੇ ਨੇ ਕਿ ਆਪਾਂ ਹੁਣ ਤੁਹਾਨੂੰ ਆਟੇ ਦੇ ਨਾਲ 2 ਕਿਲੋ ਦਾਲ ਵੀ ਦਿਆ ਕਰਾਂਗੇ ਤੁਹਾਨੂੰ ਚੌਲ ਵੀ ਦਿਆ ਕਰਾਂਗੇ ਤੁਸੀਂ ਖੁਸ਼ ਹੋ ਜਾਂਦੇ ਹੈਗੇ ਜਦੋਂ ਅਸੀਂ ਕਿਸੇ ਤੇ ਰੋਟੀ ਖਾਣ ਵਾਸਤੇ ਵੀ ਜਿਹੜਾ ਹੈਗਾ ਕਿ ਜਿੰਦੇ ਰਹਿਣ ਵਾਸਤੇ ਵੀ ਅਸੀਂ ਖਾਣਾ ਖਾਣ ਵਾਸਤੇ ਵੀ ਗਵਰਨਮੈਂਟ ਤੇ ਅਸੀਂ ਡਿਪੈਂਡਡ ਜਦੋਂ ਹੁੰਦੇ ਹੈਗੇ ਆ ਕਿਉਂਕਿ ਸਾਨੂੰ ਉਹਨਾਂ ਨੇ ਜਿਹੜਾ ਹੈਗਾ ਕਿ ਇੰਨੇ ਜ਼ਿਆਦਾ ਕਾਣੇ ਕਰ ਦਿੱਤਾ ਕਿ ਅਸੀਂ ਬੋਲਣ ਜੋਗੇ ਨਹੀਂ ਰਹੇ ਤੇ ਔਰ ਹੁਣ ਹਾਲਾਤ ਚੇਂਜ ਹੋ ਰਹੇ ਨੇ ਜਦੋਂ ਲੋਕ ਜਿਹੜੇ ਹੈਗੇ ਨੇ ਗਵਰਨਮੈਂਟ ਦੇਆਂ ਪਾਲਿਸੀਆਂ ਦੇ ਅਗੇਂਸਟ ਬੋਲਣਾ ਸ਼ੁਰੂ ਹੋਏ ਨੇ ਪਰ ਉੱਥੇ ਵੀ ਗਵਰਨਮੈਂਟ ਜਿਹੜੀ ਹੈਗੀ ਹੈ ਕਈ ਵਾਰੀ ਉਹ ਧਰਮ ਦਾ ਜਿਹੜਾ ਹੈਗਾ ਵੀ ਸਿੱਕਾ ਖੇਡਦੀ ਹੈਗੀ ਆ ਔਰ ਸਾਨੂੰ ਆਪਸ ਦੇ ਵਿੱਚ ਲੜਾ ਦਿੰਦੀ ਹੈਗੀ ਆ ਅਸੀਂ ਕਹਿੰਦੇ ਹੈਗੇ ਵੀ ਕੋਈ ਗੱਲ ਨਹੀਂ ਖਾਣਾ ਨਹੀਂ ਮਿਲਿਆ ਕੋਈ ਗੱਲ ਨਹੀਂ ਪੈਟਰੋਲ ਮਹਿੰਗਾ ਹੋ ਗਿਆ ਤੇ ਕੋਈ ਗੱਲ ਨਹੀਂ ਹੈਗਾ ਵੀ ਸਾਡਾ ਫਲਾਣਾ ਤੇ ਜਿਹੜਾ ਹੈਗਾ ਰਾਜ ਤੇ ਕਰ ਰਿਹਾ ਹੈਗਾ ਨਾ ਉਹੀ ਹੁਝੀ ਸੋਚ ਸਾਡੇ ਦਿਮਾਗ ਦੇ ਵਿੱਚ ਜਿਹੜੀ ਇਹ ਭਰ ਦਿੱਤੀ ਗਈ ਹੈਗੀ ਆ ਜਿਹਦੇ ਤੂੰ ਛਡਕਾਰਾ ਪਾਣ ਦੀ ਲੋੜ ਹੈ ਕੀ ਆ ਮੈਨੂੰ ਪਤਾ ਹੈਗਾ ਕਿ ਇਹਨਾਂ ਗੱਲਾਂ ਕਰਨ ਦਾ ਹੁਣ ਇਹ ਸਹੀ ਮੌਕਾ ਨਹੀਂ ਹੈਗਾ ਹੁਣ ਤੇ ਹੈਗਾ ਜਿਹੜਾ ਬੰਦਾ ਮਰ ਰਿਹਾ ਹੈਗਾ ਉਹਨੂੰ ਬਚਾਣਾ ਕਿਸ ਤਰ੍ਹਾਂ ਹੈਗਾ ਪਰ ਮੈਨੂੰ ਇਹ ਵੀ ਪਤਾ ਹੈਗਾ ਕਿ ਲੋਕਾਂ ਨੇ ਇਹ ਗੱਲਾਂ ਜੜੀਆਂ ਹੈਗੀਆਂ ਜਦ ਤੂੰ ਇਹ ਕੋਰੋਨਾ ਖਤਮ ਹੋਣਾ ਹੈਗਾ ਤੇ ਅਸੀਂ ਇਹ ਕ ਲੱਪੋ ਲ ਜਾਨੀਆ ਹੈਗੀਆਂ ਕਿਉਂਕਿ ਅਸੀਂ ਬਿਮਾਰੀ ਦਾ ਇਲਾਜ ਲੱਭ ਰਹੇ ਹੈਗੀਆਂ ਬਿਮਾਰੀ ਦਾ ਕਾਰਨ ਜਿਹੜਾ ਹੈਗਾ ਉਹਦੇ ਬਾਰੇ ਅਸੀਂ ਨਾ ਸੋਚ ਰਹੇ ਹੈਗੀਆਂ ਨਾ ਹੀ ਅਸੀਂ ਬਾਅਦ ਚ ਸੋਚਣਾ ਹੈਗਾ ਜਦੋਂ ਇਹ ਬਿਮਾਰੀ ਖਤਮ ਹੋ ਜਾਨੀ ਹੈਗੀ ਆ ਅਸੀਂ ਤਾਂ ਸਿਰਫ ਇਹ ਚਾਹਨੀ ਹੈਗਾ ਕਿ ਮੈਨੂੰ ਆਕਸੀਜਨ ਮਿਲ ਜੇ ਮੈਂ ਬਚ ਜਾ ਮੈਨੂੰ ਵੈਕਸੀਨ ਮਿਲ ਜੇ ਤੇ ਮੈਂ ਬਚ ਜਾਵਾਂ ਉੱਥੇ ਬਾਅਦ ਚ ਜਿਹੜਾ ਕਾਰਨ ਸੀ ਨ ਸਾਰੀਆਂ ਚੀਜ਼ਾਂ ਨੂੰ ਪੈਦਾ ਕਰਨ ਦਾ ਆਕਸੀਜਨ ਦੀ ਕਮੀ ਦਾ ਉਦੇ ਬਾਰੇ ਅਸੀਂ ਜਿਹੜਾ ਹੈਗਾ ਕਿ ਕਦੀ ਵੀ ਖਿਆਲ ਨਹੀਂ ਕਰਦੇ ਹੈਗੇ ਜਦ ਕਿ ਜ਼ਰੂਰ ਇਹਨਾਂ ਗੱਲਾਂ ਦੇ ਉੱਤੇ ਬਾਅਦ ਵਿੱਚ ਵੀ ਜਿਹੜੀ ਹੈਗੀ ਆ ਕਿ ਆਪਾਂ ਨੂੰ ਸਵਾਲ ਉਠਾਉਣੇ ਚਾਹੀਦੇ ਹੈਗੇ ਨੇ ਕਿ ਸਿਹਤ ਸਹੂਲਤਾਂ ਦਾ ਕੀ ਬਣਿਆ ਹੈਗਾ ਜੇ ਕੱਲ ਨੂੰ ਇਦਾਂ ਦੀ ਫਿਰ ਤਰਸਤੀ ਆਂਦੀ ਹੈਗੀ ਆ ਤਾਂ ਉਹਦੇ ਵਾਸਤੇ ਕੀ ਜੜੀਆਂ ਹੈਗੀਆਂ ਗਵਰਨਮੈਂਟਸ ਦੀ ਪਲਾਨਸ ਹੈਗੀਆਂ ਈਵਨ ਕੋ ਕੁਝ ਜੜੀਆਂ ਸੰਸਥਾਵਾਂ ਹੈਗੀਆਂ ਖਾਸ ਕਰਕੇ ਗੁਰਦੁਆਰਾ ਸਾਹਿਬਾਨ ਹੈਗੇ ਨੇ ਜਾਂ ਸਿੱਖ ਸੰਸਥਾਵਾਂ ਹੈਗੀਆਂ ਉਹ ਲੋਕਾਂ ਦੇ ਵਾਸਤੇ ਜਿਹੜਾ ਹੈਗਾ ਆਕਸੀਜਨ ਲੰਗਰ ਲਗਾ ਰਹੇ ਹੈਗੇ ਨੇ ਠੀਕ ਹੈ ਔਰ ਤੁਸੀਂ ਦੇਖੋ ਕਿ ਗਵਰਨਮੈਂਟ ਇਹਨਾਂ ਚੀਜ਼ਾਂ ਤੋਂ ਖੁਸ਼ ਨਹੀਂ ਹੁੰਦੀ ਜਿੰਨੂੰ ਦੀ ਆਕਸੀਜਨ ਲੰਗਰ ਮਿਲ ਗਿਆ ਉਹ ਤਾਂ ਧੰਨਵਾਦ ਕਰੇਗਾ ਕਿ ਇਹ ਸੰਸਥਾ ਬਹੁਤ ਵਧੀਆ ਕੰਮ ਬਹੁਤ ਵਧੀਆ ਕੀਤੀ ਹੈ ਜਿਨੇ ਮੇਰੀ ਜਾਨ ਬਚਾ ਲਈ ਪਰ ਜਿਹੜੀਆਂ ਸਰਕਾਰਾਂ ਹੁੰਦੀਆਂ ਉਹਨਾਂ ਦੇ ਵਾਸਤੇ ਜਿਹੜਾ ਉਹ ਮਤਲਬ ਵੀ ਜ਼ਹਿਰ ਵਰਗੀਆਂ ਲੱਗਦੀਆਂ ਹੈਗੀਆਂ ਉਹ ਸੰਸਥਾਵਾਂ ਜਿਹੜੀਆਂ ਲੋਕਾਂ ਦੀ ਸੇਵਾ ਕਰਦੀਆਂ ਕਾਰਨ ਕਿਉਂਕਿ ਸਰਕਾਰ ਆਪ ਤੇ ਕਰ ਨਹੀਂ ਪਾਉਂਦੀ ਹੈਗੀ ਪਰ ਦੂਸਰੇ ਜਿਹੜੀਆਂ ਸੰਸਥਾਵਾਂ ਵਾਲੇ ਕਰਦੇ ਤਾਂ ਉਹਨਾਂ ਨੂੰ ਜ਼ਹਿਰ ਵਰਗੇ ਲੱਗਦੇ ਨੇ ਕਿ ਇਹਨਾਂ ਦੇ ਕਰਕੇ ਸਾਡੀ ਬੇਇੱਜ਼ਤੀ ਹੁੰਦੀ ਹੈਗੀ ਆ ਲੋਕੀ ਕਹਿੰਦੇ ਨੇ ਕਿ ਸਰਕਾਰ ਦੇ ਆਕਸੀਜਨ ਜਿਹੜੀ ਹੈਗੀ ਕਿ ਪ੍ਰੋਵਾਈਡ ਨਹੀਂ ਕਰ ਰਹਾ ਪਰ ਇਹ ਤੇ ਗੁਰਦੁਆਰੇ ਵਾਲਿਆਂ ਨੂੰ ਜਾਂ ਇਹ ਸੰਸਥਾ ਨੂੰ ਜਿਹੜੀ ਹੈਗੀ ਆਕਸੀਜਨ ਕਿੱਥੋਂ ਮਿਲ ਗਈ ਇਹ ਕਿਸ ਤਰ੍ਹਾਂ ਪ੍ਰਬੰਧ ਕਰ ਪਾਉਂਦੇ ਹੈਗੇ ਨੇ ਉਹਦਾ ਮੋਟਾ ਕਾਰਨ ਇਹ ਹੋਈ ਹੈਗਾ ਕਿ ਗਵਰਨਮੈਂਟ ਨੇ ਜਦੋਂ ਵੀ ਕੋਈ ਸਹੂਲਤ ਦੇਖ ਲਾਣੀ ਹੈ ਉਹਨੇ ਵੇਖਣਾ ਕਿ ਮੇਰੇ ਕੋਲ ਬਜਟ ਹੈਗਾ ਕਿ ਨਹੀਂ ਹੈਗਾ ਜਾਂ ਮੈਂ ਪੈਸੇ ਕਿੱਥੇ ਲਗਾਣੇ ਨੇ ਜਾਂ ਮੈਨੂੰ ਇਹਦੇ ਚ ਕੀ ਪ੍ਰੋਫਿਟ ਹੋਣਾ ਜਾਂ ਨੁਕਸਾਨ ਹੋਣਾ ਉਹ ਚੀਜ਼ਾਂ ਉਹਨਾਂ ਨੇ ਵੇਖਣੀਆਂ ਹੈ ਪਰ ਜਿਹੜੀਆਂ ਸੰਸਥਾਵਾਂ ਇਹੋ ਜੇ ਕੰਮ ਕਰਦੀਆਂ ਨੇ ਉਹ ਆਪਣੇ ਘਰ ਵੇਸ ਕੇ ਵੀ ਜਿਹੜਾ ਹੈਗਾ ਕਿ ਲਗਾ ਦਿੰਦੀ ਹੈਗੀਆਂ ਲੋਕਾਂ ਦੇ ਜਿਹੜੇ ਪੈਸਿਆਂ ਤੇ ਲਾ ਦੋ ਉਹਨਾਂ ਨੂੰ ਕੋਈ ਬਜਟ ਨਹੀਂ ਦੇਖਣਾ ਉਹਨਾਂ ਤੇ ਕਹ ਅਵਾਜ਼ ਮਾਰਨੀ ਹੈਗੀ ਹੈ ਕਿ ਆਹ ਚੀਜ਼ ਦੀ ਲੋੜ ਹੈਗੀ ਹੈ ਤੇ ਸੰਗਤ ਆ ਜਾਂਦੀ ਹੈਗੀ ਆ ਉਹ ਸੰਗਤ ਵੀ ਇਹ ਨਹੀਂ ਹੈਗੀ ਕਿ ਜੇ ਸਿੱਖਾਂ ਨੇ ਕੋਈ ਗੁਰਦੁਆਰੇ ਕੰਮ ਚੱਲ ਰਿਹਾ ਹੈ ਫਿਰ ਸਿੱਖ ਹੀ ਦਾਨ ਕਰਦੇ ਨੇ ਦੂਸਰੀਆਂ ਕੰਮਾਂ ਵਾਲੇ ਲੋਕ ਵੀ ਜਿਹੜੇ ਹੈਗੇ ਨੇ ਦਾਨ ਕਰਦੇ ਨੇ ਗੱਲ ਹੁੰਦੀ ਹੈ ਕਿ ਇੱਕ ਇਨੀਸ਼ੀਏਟਿਵ ਲੈਣ ਦਾ ਇੱਕ ਉਪਰਾਲਾ ਕਰਨ ਦਾ ਇੱਕ ਸ਼ੁਰੂਆਤ ਕਰਨ ਦੀ ਜਿਹੜੀ ਹੈਗੀ ਗੱਲ ਹੁੰਦੀ ਹੈਗੀ ਆ ਤੋ ਉਹ ਜਿਹੜਾ ਵੀ ਇਨੀਸ਼ੀਏਟ ਬੰਦਾ ਲੈ ਲਾਂਦਾ ਹੈਗਾ ਤੇ ਉਹਦੇ ਪਿੱਛੇ ਜਿਹੜੀ ਜਨਤਾ ਆਂਦੀ ਹੈਗੀ ਆ ਭਾਵੇਂ ਕਿ ਜੇ ਚੰਗਾ ਕੰਮ ਕੋਈ ਕਰਦਾ ਤੇ ਆਮ ਪਬਲਿਕ ਦੇ ਵਿੱਚ ਹੀ ਔਰ ਸਾਰੀਆਂ ਕੌਮਾਂ ਦੇ ਵਿੱਚ ਲੋਕ ਜਿਹੜੀ ਹੈਗੇ ਨੇ ਉਹਦੀ ਸਪੋਰਟ ਕਰਦੇ ਨੇ ਤੋ ਉਹ ਜਿਹੜਾ ਇਹ ਲੋਕ ਸੇਵਾ ਜਿਹੜੀ ਹੈਗੀ ਚਲਦੀ ਹੈਗੀ ਆ ਪਰ ਆਪਾਂ ਨੂੰ ਜ਼ਰੂਰ ਇਹ ਸਮਝਣਾ ਚਾਹੀਦਾ ਹੈਗਾ ਕਿ ਸਰਕਾਰਾਂ ਕੀ ਕਰਤੀਆਂ ਹੈਗੀਆਂ ਕਿ ਇਹੋ ਜੀਆਂ ਸੰਸਥਾਵਾਂ ਨੂੰ ਕਦੀ ਵੀ ਅਵਾਰਡ ਨਹੀਂ ਦਿੰਦੀਆਂ ਹੈਗੀਆਂ ਉਹਨਾਂ ਤੇ ਨਹੀਂ ਸਭ ਕੋ ਕਹ ਲੋ ਕਿ ਝੜਾ ਮਟਦੀਆਂ ਹੈਗੀਆਂ ਉਹਨਾਂ ਦੇ ਨਾਲ ਨਫ਼ਰਤ ਭਾਵਨਾ ਰੱਖਦੀਆਂ ਹੈਗੀਆਂ ਕਿ ਇਹਨਾਂ ਦੇ ਕਰਕੇ ਜਿਹੜੀ ਹੈਗੀ ਸਾਡੀ ਬੇਇੱਜ਼ਤੀ ਹੁੰਦੀ ਸਰਕਾਰਾਂ ਦੀ ਜਦ ਕਿ ਬੇ ਆਪਣੀ ਇੱਜ਼ਤ ਨੂੰ ਬਚਾਉਣ ਵਾਸਤੇ ਉਹ ਇਦਾਂ ਤੇ ਜਿਹੜੀਆਂ ਹੈਗੀਆਂ ਕਿ ਜਿਹੜਾ ਵੱਡਣ ਵਾਲਾ ਕੰਮ ਕਰਦੇ ਨੇ ਪਰ ਇਹ ਨਹੀਂ ਕਰਨਗੇ ਕਿ ਜਰਸੀ ਇਹ ਕਰ ਸਕਦੇ ਨੇ ਅਸੀਂ ਕਿਉਂ ਨਹੀਂ ਕਰ ਸਕਦੇ ਜੇ ਮਨ ਕੋਈ ਸੰਸਥਾ ਲੋਕਾਂ ਨੂੰ ਅਪੀਲ ਕਰ ਸਕਦੀ ਹੈਗੀ ਕਿ ਤੁਸੀਂ ਮਦਦ ਕਰੋ ਸਾਨੂੰ ਵੈਂਟੀਲੇਟਰ ਚਾਹੀਦੇ ਨੇ ਜਾਂ ਸਾਨੂੰ ਆਕਸੀਜਨ ਕਨਸੈਂਟਰੇਟਰ ਚਾਹੀਦੇ ਹੈਗੇ ਨੇ ਤੇ ਉਹ ਆ ਜਾਂਦੇ ਹੈਗੇ ਨੇ ਤੇ ਸਰਕਾਰ ਵੀ ਤੇ ਕਹਿ ਸਕਦੀ ਹੈਗੀ ਨਾ ਪੇ ਲੋਕੀ ਮਰ ਰਹੇ ਹੈ ਕਿਨੇ ਤੇ ਕਿਉਂ ਮਤਲਬ ਜਿਹੜੀ ਹੈਗੀ ਆਪਾਂ ਈਗੋ ਜਿਹੜੀ ਹੈਗੀ ਆ ਪੇ ਆਪਾਂ ਧੌਣ ਦੇ ਵਿੱਚ ਇੱਕ ਪੇ ਕਿਲਾ ਫਸਾਇਆ ਹੋਇਆ ਕਿ ਕਿ ਨਹੀਂ ਅਸੀਂ ਕਿਸੇ ਕੋਲ ਮਦਦ ਨਹੀਂ ਮੰਗਣੀ ਹੈਗੀ ਜੇ ਅਸੀਂ ਮਦਦ ਮੰਗ ਲਾਂਗੇ ਤੇ ਵਿੱਚ ਕੋਈ ਨਮੋਸ਼ੀ ਨਹੀਂ ਹੈ ਕਿ ਹੁਣ ਤਰਸਦੀ ਹੈਗੀ ਸਾਰੀ ਦੁਨੀਆ ਤੇ ਚੱਲ ਰਹੀ ਹੈਗੀ ਕਿਸੇ ਦੇ ਵੀ ਵੱਸ ਦੀ ਜਿਹੜੀ ਹੈਗੀ ਗੱਲ ਨਹੀਂ ਹੈਗੀ ਮਦਦ ਮੰਗਣ ਦੇ ਵਿੱਚ ਕੋਈ ਹਰਜ ਨਹੀਂ ਹੈਗਾ ਉਰੇ ਸਭ ਤੋਂ ਜਿਹੜਾ ਹੈਗਾ ਮੈਂ ਇਹ ਰਿਕੁਐਸਟ ਕਰਾਂਗਾ ਕਿ ਆਪਾਂ ਆਪਣਾ ਹੌਂਸਲਾ ਰੱਖੀਏ ਇੱਕ ਦੂਜੇ ਦੀ ਮਦਦ ਕਰੀਏ ਰੋਟੀ ਪਾਣੀ ਦੀ ਜਾਂ ਕਿਸੇ ਵੀ ਚੀਜ਼ ਦੀ ਕਿਸੇ ਨੂੰ ਲੋੜ ਹੈਗੀ ਤੇ ਇਹ ਮੌਕਾ ਹੈਗਾ ਕਿਉਂਕਿ ਜਿਹੜੇ ਅਸੀਂ ਘਰਾਂ ਦੇ ਵਿੱਚ ਪੈਸੇ ਰੱਖ ਕੇ ਬੈਠੇ ਆਂ ਗਿਆ ਜੁੜ ਕੇ ਬੈਠੇ ਹੈਗੇ ਆਂ ਜੇ ਜਾਣ ਨਾ ਰਹੀ ਤੇ ਮੈਂ ਵੀ ਨਹੀਂ ਰਹਿਣੀ ਹੈਗੇ ਮਾਇਆ ਵੀ ਕਿਸੇ ਕੰਮ ਨਹੀਂ ਆਣੀ ਹੈਗੀ ਔਰ ਇਹ ਬਿਮਾਰੀ ਇਸ ਤਰ੍ਹਾਂ ਦੀ ਹੈਗੀ ਕਿ ਜੇ ਅੱਜ ਤੁਸੀਂ ਠੀਕ ਹੈਗੇ ਤੁਹਾਡੇ ਘਰ ਨਹੀਂ ਹੈਗੀ ਕਿਸੇ ਗੁਆਂਢੀਆਂ ਦੇ ਘਰ ਹੈਗੀ ਤੇ ਕੱਲ ਨੂੰ ਤੁਹਾਡੇ ਘਰ ਵੀ ਆ ਸਕਦੀ ਹੈਗੀ ਆ ਕਿਉਂਕਿ ਬਾਹਰਲੇ ਤੇ ਇਸੰਦ ਵਿੱਚ ਕੀ ਹੁੰਦਾ ਹੈਗਾ ਕਿ ਕਈ ਵੀ ਸੋਚਾ ਵੀ ਜਿਹੜਾ ਗਵਾਂਡੀ ਗੰਦ ਪਾਉਂਦੇ ਨੇ ਤੇ ਦੂਸਰਾ ਗਵਾਂਡੀ ਸ਼ਿਕਾਇਤ ਕਰ ਦਿੰਦਾ ਹੈਗਾ ਸਿਟੀ ਨੂੰ ਕਿ ਇਹ ਫਲਾਣਿਆਂ ਦੇ ਘਰਾਂ 'ਚ ਜਿਹੜਾ ਕੂੜਾ ਪਿਆ ਇੰਨੇ ਦਿਨਾਂ ਤੋਂ ਚੱਕਦੇ ਨਹੀਂ ਹੈਗੇ। ਤੋ ਮੈਂ ਪੁੱਛਦਾ ਵੀ ਇਹ ਕਿਉਂ ਜਿਹੜਾ ਹੈਗਾ ਕਿ ਇਹ ਗਵਾਂਡੀਆਂ ਨੂੰ ਕੀ ਤਕਲੀਫ ਹੈ? ਉਹ ਕਹਿੰਦੇ ਜੇ ਗੰਦਗੀ ਦੇ ਕਰਕੇ ਬਿਮਾਰੀ ਗਵਾਂਡ ਦੇ ਵਿੱਚ ਫੈਲੇਗੀ ਤੇ ਅਸੀਂ ਕਿਹੜਾ ਬਚ ਜਾਣਾ ਹੈਗਾ? ਤੋ ਇਸ ਕਰਕੇ ਉਹ ਗਵਾਂਡੀ ਪਹਿਲੇ ਉਹਨਾਂ ਨੂੰ ਜਿਹੜਾ ਹੈਗਾ ਸਿਟੀ ਵਾਲਿਆਂ ਨੂੰ ਗਵਰਨਮੈਂਟ ਨੂੰ ਜਿਹੜਾ ਹੈਗਾ ਕਿ ਫੋਨ ਕਰ ਦਿੰਦਾ ਹੈਗਾ ਕਿ ਗਵਾਂਡੀ ਜਿਹੜੀ ਹੈ ਪਰ ਘਰ ਦੀ ਸਫਾਈ ਨਹੀਂ ਰੱਖ ਤੋ ਇਹੋ ਜੀ ਸੋਚ ਸਾਨੂੰ ਰੱਖਣੇ ਪਏਗੀ ਕਿ ਜੇ ਕੋਈ ਵੀ ਸਮਾਜ ਦੇ ਵਿੱਚ ਕੁਝ ਗਲਤ ਹੋ ਰਿਹਾ ਹੈਗਾ ਤਾਂ ਉਹਦੇ ਪ੍ਰਤੀ ਅਸੀਂ ਸੁਚੇਤ ਹੋਈਏ ਜੇ ਦਰਖਤ ਵੱਡੇ ਜਾ ਰਹੇ ਨੇ ਤੇ ਆਕਸੀਜਨ ਸਾਡੇ ਵਾਸਤੇ ਵੀ ਪੈਦਾ ਨਹੀਂ ਹੋਣੀ ਹੈਗੀ ਜੇ ਕਿਤੇ ਗੰਦਗੀ ਹੈਗੀ ਕੋਈ ਵਾਤਾਵਰਨ ਖਰਾਬ ਹੋ ਰਿਹਾ ਤੋ ਉਹਦਾ ਅਸਰ ਮੇਰੇ ਤੇ ਵੀ ਹੋਣਾ ਹੈਗਾ ਸਾਰਿਆਂ ਤੇ ਹੋਣਾ ਹੈਗਾ ਇਵਨ ਕਿ ਅੱਜ ਆਪਾਂ ਇਹ ਵੇਖ ਲਿਆ ਹੈਗਾ ਕਿ ਇਹਦਾ ਅਸਰ ਮਹੱਲੇ ਸਿਟੀ ਜਾਂ ਸ਼ਹਿਰ ਜਾਂ ਦੇਸ਼ ਤੱਕ ਨਹੀਂ ਰਿਹਾ ਹੈਗਾ ਪੂਰੀ ਦੁਨੀਆ ਦੇ ਉੱਤੇ ਹਰ ਇੱਕ ਚੀਜ਼ ਦਾ ਜਿਹੜਾ ਹੈਗਾ ਅਸਰ ਹੋ ਰਿਹਾ ਤੇ ਸਾਨੂੰ ਜਾਗਰੂਤ ਹੋਣ ਦੀ ਲੋੜ ਹੈਗੀ ਆ ਸਾਨੂੰ ਪੋਜ਼ਿਟਿਵ ਰਹਿਣ ਦੀ ਲੋੜ ਹੈਗੀ ਆ ਸਾਨੂੰ ਇਹ ਭਾਵਨਾ ਰੱਖਣ ਦੀ ਲੋੜ ਹੈਗੀ ਹੈ ਕਿ ਆਪਾਂ ਕਿਸੇ ਦੀ ਛੋਟੀ ਤੋਂ ਛੋਟੀ ਵੀ ਜਿਹੜੀ ਹੈਗੀ ਮਦਦ ਕਰ ਸਕੀਏ ਤੇ ਜ਼ਰੂਰ ਕਰੀਏ ਇਹੋ ਜੀਆਂ ਗੱਲਾਂ ਆਪਾਂ ਫਿਰ ਵੀ ਅੱਗੇ ਕਰਦੇ ਰਾਵਾਂਗੇ ਪਰ ਇਹ ਔਖੀ ਘੜੀ ਹੈਗੀ ਆ ਇਹਦੇ ਵਿੱਚ ਜੋ ਵੀ ਕੁਝ ਵੀ ਮਾੜਾ-ਮੋਟਾ ਕੁਝ ਵੀ ਕੋ ਯੋਗਦਾਨ ਪਾ ਸਕਦਾ ਹੈਗਾ ਪੋਜ਼ਿਟਿਵ ਜਾਂ ਗਵਰਨਮੈਂਟ ਦੀ ਖਚਾਈ ਕਰਨ ਦੇ ਵਿੱਚ ਪੋਜ਼ਿਟਿਵ ਵੇਅ ਦੇ ਵਿੱਚ ਤਾਂ ਕਿ ਜਿਹੜਾ ਲੋਕਾਂ ਨੂੰ ਮੁਸੀਬਤ ਆਈ ਹੈ ਉਸ ਨੂੰ ਆਪਾਂ ਹੱਲ ਕਰ ਸਕੀਏ ਤੇ ਆਪਾਂ ਨੂੰ ਜਰੂਰ ਯੋਗਦਾਨ ਪਾਣਾ ਚਾਹੀਦਾ ਈਵਨ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਵੀ ਮੇਰੀ ਇਹ ਰਿਕਵੈਸਟ ਹੈਗੀ ਆ ਕਿਉਂਕਿ ਇੱਥੇ ਵੀ ਕੇਸ ਜਿਹੜੇ ਹੈਗੇ ਨੇ ਬਹੁਤ ਵੱਧ ਰਹੇ ਹੈਗੇ ਨੇ ਤੇ ਆਪਾਂ ਕੋਸ਼ਿਸ਼ ਕਰੀਏ ਕਿ ਘਰ ਰਹੀਏ ਜੇ ਲੋਡ ਹੈਗੀ ਤੇ ਬਾਹਰ ਜਾਈਏ ਜੇ ਨਹੀਂ ਲੋਡ ਹੈਗੀ ਤੇ ਘਰ ਰਹੀਏ ਔਰ ਜਿਹੜੀਆਂ ਵੀ ਸਿਹਤ ਜਿਹੜੀ ਸਿਹਤ ਵਿਭਾਗ ਵੱਲੋਂ ਜਿਹੜੀਆਂ ਤੁਹਾਨੂੰ ਇਨਸਟਰਕਸ਼ਨ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਦੀ ਆਪਾਂ ਜਿਹੜੀ ਹੈਗੀ ਪਾਲਣਾ ਕਰੀਏ ਤਾਂ ਕਿ ਇਹ ਜਿਹੜਾ ਔਖਾ ਸਮਾਂ ਹੈਗਾ ਇਹਨੂੰ ਆਪਾਂ ਛੇਤੀ ਤੋਂ ਛੇਤੀ ਜਿਹੜਾ ਹੈਗਾ ਖਤਮ ਕਰੀਏ ਤੇ ਛੇਤੀ ਜੇ ਤਾਂ ਹੀ ਖਤਮ ਹੋਏ ਤੇ ਅਸੀਂ ਸਾਰੇ ਰਲ ਕੇ ਜਿਹੜਾ ਹੈਗਾ ਤੇ ਜਿਹੜੇ ਵੀ ਹੈਲਥ ਡਿਪਾਰਟਮੈਂਟ ਨੂੰ ਸਾਨੂੰ ਜਿਹੜੀਆਂ ਇਨਸਟਰਕਸ਼ਨਾਂ ਆ ਰਹੀਆਂ ਉਹਨਾਂ ਦਾ ਜੇ ਆਪਾਂ ਪਾਲਣਾ ਕਰੀਏ ਤੁਹਾਡਾ ਬਹੁਤ ਬਹੁਤ ਧੰਨਵਾਦੀ ਪਿਆਰ ਸਤਿ ਸ੍ਰੀ ਅਕਾਲ